ਹਾਂ ਜੀ ਅੱਜ ਆਪਾਂ ਬਣਾਵਾਂਗੇ ਅਨੀਅਨ ਰਿੰਗ ਕੈਨੇਡਾ ਦਾ ਸਨੈਕਸ ਅਨੀਅਨ ਰਿੰਗ ਬਣਾਉਣ ਲਈ ਆਪਾਂ ਨੂੰ ਚਾਹੀਦੇ ਆ ਪਹਿਲਾਂ ਦੋ ਤੋਂ ਤਿੰਨ ਪਿਆਜ਼ ਆਪਾਂ ਇੱਦਾਂ ਕੱਟ ਲੈਣੇ ਆ ਇੱਦਾਂ ਪਿਆਜ਼ ਦੀ ਰਿੰਗ ਬਣਾ ਲੈਣੀ ਆ ਕੱਟ ਕੇ ਕੁੱਟ ਕੇ ਆਪਾਂ ਸਾਰੀਆਂ ਰਿੰਗ ਬਣਾ ਕੇ ਪਿਆਜ਼ ਦੀ ਅਨੀਅਨ ਰਿੰਗ ਬਣਾਉਣ ਲਈ ਆਪਾਂ ਨੂੰ ਦੋ ਐੱਗ ਚਾਹੀਦੇ ਆ ਮੈਦਾ ਚਾਹੀਦਾ ਅਤੇ ਬ੍ਰੈਡ ਕਰਮ ਚਾਹੀਦਾ ਪਹਿਲਾਂ ਆਪਾਂ ਦੋ ਆਂਡੇ ਨੂੰ ਤੋੜ ਲਵਾਂਗੇ ਥੋੜ੍ਹੀ ਨਾਲ ਨਹੀਂ ਚੜ੍ਹ ਗਈ ਥੋੜ੍ਹਾ ਜਿਹਾ ਮੈਦਾ ਐਡ ਕਰ ਲਈ ਥੋੜ੍ਹਾ ਜਿਹਾ ਬੇਕਿੰਗ ਪਾਊਡਰ